ਮਹਾਰਾਜ ਕਹਿੰਦੇ ਨੇ ਜਾਗਤ ਸੋਇਆ, ਇਹ ਜਾਗਦਾ ਹੀ ਸੁੱਤਾ ਪਿਆ। ਤੁਸੀਂ ਦੇਖੋ ਬਾਣੀ ਪੜੋ ਤੁਹਾਨੂੰ ਬੜੀ ਨੀਂਦ ਆਵੇਗੀ, ਬੜੀ ਨੀਂਦ ਆਵੇਗੀ। ਤੇ ਇੱਕ ਵਾਰ ਮੈਂ ਸੁਣ ਰਿਹਾ ਸੀ ਰਜਨੀਸ਼ ਓਸ਼ੋ ਨੂੰ, ਉਹ ਕਹਿੰਦੇ ਨੇ ਡਾਕਟਰ ਦੇ ਕੋਲ ਪੇਸ਼ੈਂਟ ਗਿਆ ਤੇ ਪੇਸ਼ੈਂਟ ਨੇ ਆਖਿਆ ਕਿ ਡਾਕਟਰ ਸਾਹਿਬ ਨੀਂਦ ਨਹੀਂ ਆਉਂਦੀ। ਤੇ ਡਾਕਟਰ ਸਾਹਿਬ ਕਹਿੰਦਾ ਸਤ ਸੰਗਤ ਚਲਾ ਜਾਇਆ ਕਰ, ਜੇ ਨੀਂਦ ਨਹੀਂ ਆਉਂਦੀ ਸਤ ਸੰਗਤ ਚਲੇ ਜਾਇਆ ਕਰੋ। ਇਹਦਾ ਮਤਲਬ ਕਿ ਸਤ ਸੰਗਤ ਦੇ ਵਿੱਚ ਲੋਕ ਸੁੱਤੇ ਹੀ ਰਹਿੰਦੇ ਨੇ, ਸੁੱਤੇ ਹੀ ਰਹਿੰਦੇ ਨੇ। ਜਾਗਤ ਸੋਇਆ, ਜਾਗਦਾ ਹੀ ਸੁੱਤਾ ਕਹਿ, ਇਹਨੂੰ ਪਤਾ ਹੀ ਕੋਈ ਨੀ, ਇਹਨੂੰ ਇਹ ਸਮਝ ਹੀ ਕੋਈ ਨੀ ਕਿਹੜੇ ਅਸੀਂ ਕਰਮ ਕੀ ਆ। ਮਹਾਰਾਜ ਜੀ ਦੀ ਬਾਣੀ ਕਹਿੰਦੀ ਪ੍ਰਾਣੀ ਤੂੰ ਆਇਆ ਲਾਹਾ ਲੈਣ ਆਇਆ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੰਸਾਰ ਦੇ ਅੰਦਰ ਕੀ ਕਰਨਾ ਹੈ। ਅਸੀਂ ਹਰ ਇੱਕ ਕਰਮ, ਗੁਸਤਾਖੀ ਦੀ ਮਾਫੀ, ਅਸੀਂ ਹਰ ਇੱਕ ਕਰਮ ਅੱਖਾਂ ਖੋਲ੍ਹ ਕੇ ਕਰਦੇ ਹਾਂ, ਪਰ ਜਦੋਂ ਧਰਮ ਦੀ ਗੱਲ ਚੱਲਦੀ ਹੈ ਅਸੀਂ ਧਰਮ ਦੀ ਗੱਲ ਨੂੰ ਸੁਣਦਿਆਂ ਸਾਰੀ ਅੱਖਾਂ ਬੰਦ ਕਰ ਲੈਂਦੇ। ਜਿੱਥੇ ਸਾਡੀ ਸੁਰਤੀ ਨੂੰ, ਜਿੱਥੇ ਸਾਡੀ ਆਤਮਾ ਨੂੰ ਹੋਸ਼ ਆਉਣੀ ਚਾਹੀਦੀ ਸੀ, ਅਸੀਂ ਉੱਥੇ ਬੇਹੋਸ਼ੀ ਦੇ ਨਾਲ ਹੀ ਜੀਵਨ ਬਸਰ ਕਰੀ ਜਾ ਰਹੇ ਹਾਂ। ਸਾਡੀ ਹਾਲਤ ਉਹ ਹੈ ਕਿ ਹੈ ਸਾਡੇ ਕੋਲ ਸਭ ਕੁਝ, ਪਰ ਅਸੀਂ ਕਦੀ ਇਸਤੇਮਾਲ ਨਹੀਂ ਕਰ ਪਾਏ। ਇੱਕ ਨਾ ਭਿਖਾਰੀ ਸੀ, ਉਹਨੇ ਸਾਰੀ ਜ਼ਿੰਦਗੀ ਲੋਕਾਂ ਦੇ ਪਾਸੋਂ ਮੰਗਿਆ, ਸਾਰੀ ਜ਼ਿੰਦਗੀ ਮੰਗਦਿਆਂ ਅਖੀਰ ਮਰ ਗਿਆ ਵਿਚਾਰਾ। ਭਿਖਾਰੀ ਸੀ, ਨਾ ਅੱਗੇ ਨਾ ਕੋਈ ਪਿੱਛੇ ਨਾ ਕੋਈ ਰਿਸ਼ਤੇਦਾਰ। ਪਿੰਡ ਵਾਲਿਆਂ ਨੇ ਆਖਿਆ ਕਿ ਚਲੋ ਜੀ ਇਹਦਾ ਸੰਸਕਾਰ ਕਰ ਦਿਓ। ਉਹਦਾ ਜਦੋਂ ਸੰਸਕਾਰ ਕੀਤਾ ਤੇ ਆਖਿਆ ਕਿ ਇਹਦੇ ਕੱਪੜਿਆਂ ਨੂੰ ਵੀ ਸਾੜ ਦਿਓ, ਹੁਣ ਇਹਦੀ ਝੁੱਗੀ ਦੇ ਵਿੱਚ ਰਹਿਣਾ ਤੇ ਕਿਸੇ ਨੇ ਨਹੀਂ, ਇਹਦੀ ਝੁੱਗੀ ਨੂੰ ਵੀ ਸਾੜ ਦਿਓ। ਫਿਰ ਉਹਨਾਂ ਨੇ ਕੀ ਕੀਤਾ, ਉਹਦੇ ਕੱਪੜਿਆਂ ਨੂੰ ਸਾੜ ਦਿੱਤਾ, ਉਹਦੀ ਝੁੱਗੀ ਨੂੰ ਸਾੜ ਦਿੱਤਾ। ਉਸ ਝੁੱਗੀ ਦੇ ਵਿੱਚ ਇੱਕ ਫੱਟਾ ਲੱਗਿਆ ਸੀ, ਫੱਟਾ ਚੁੱਕਿਆ ਸਾੜਨ ਦੇ ਲਈ, ਤੇ ਕੀ ਦੇਖਦੇ ਨੇ ਕਿ ਥੱਲਿਓਂ ਬਹੁਤ ਸਾਰੀ ਮਾਇਆ ਨਿਕਲੀ ਹੈ। ਉਹ ਸਾਰੇ ਲੋਕ ਬੜੇ ਹੈਰਾਨ ਕਿ ਇਸ ਬੰਦੇ ਦੇ ਕੋਲ ਮਾਇਆ ਤੇ ਸੀ, ਪਰ ਫਿਰ ਵੀ ਸਾਰੀ ਜ਼ਿੰਦਗੀ ਮੰਗਦਾ ਰਿਹਾ, ਫਿਰ ਵੀ ਇਸ ਮਾਇਆ ਦੇ ਨਾਲ ਆਪਣੇ ਜੀਵਨ ਨੂੰ ਉੱਚਾ ਨਹੀਂ ਬਣਾ ਸਕਿਆ। ਸਾਰੀ ਜ਼ਿੰਦਗੀ ਮੰਗਦਾ ਹੀ ਰਿਹਾ, ਮੰਗਦਾ ਹੀ ਰਿਹਾ। ਤੇ ਸਾਡੀ ਵੀ ਇਹ ਹਾਲਾਤ ਨੇ, ਹਾਲਤ ਸਾਡੀ ਵੀ ਐਸੀ ਹੈ ਕਿ ਅਸੀਂ ਸਾਰੀ ਜ਼ਿੰਦਗੀ ਮੰਗੀ ਜਾ ਰਹੇ ਹਾਂ। ਜੋ ਵਾਹਿਗੁਰੂ ਜੀ ਨੇ ਦਿੱਤਾ ਹੈ ਸਾਡਾ ਕਦੀ ਮਨ ਉੱਤੇ ਡਿੱਗਿਆ ਨਹੀਂ। ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਸਹਿਸ ਖਟੇ ਲਾਹ ਤੋਂ ਉੱਠਤਾ ਆਵੇ। ਧਿਆਨ ਨਾਲ ਸੁਣਿਓ ਪਿਆਰਿਓ, ਬੰਦੇ ਦੇ ਮਨ ਅੰਦਰ ਰੀਝ ਹੈ ਕਿ ਮੇਰਾ ਘਰ ਸੋਹਣਾ ਹੋਵੇ, ਹਰ ਬੰਦੇ ਦੇ ਮਨ ਅੰਦਰ ਰੀਝ ਹੁੰਦੀ ਹੈ। ਪਰ ਇੱਕ ਗੱਲ ਯਾਦ ਰੱਖਿਓ, ਹਰ ਇੱਕ ਵੱਡੀ ਚੀਜ਼ ਅਹੰਕਾਰ ਪੈਦਾ ਕਰਦੀ ਹੈ ਸਿਵਾਏ ਪਰਮਾਤਮਾ ਤੋਂ। ਪਰਮਾਤਮਾ ਸਭ ਤੋਂ ਵੱਡਾ ਹੈ, ਪਰ ਜਦੋਂ ਕੋਈ ਬੰਦਾ ਪਰਮਾਤਮਾ ਨੂੰ ਯਾਦ ਕਰਦਾ ਉੱਥੇ ਅਹੰਕਾਰ ਨਹੀਂ ਆਉਂਦਾ। ਬਾਕੀ ਦੁਨੀਆਂ ਦੀਆਂ ਕੋਈ ਵੀ ਚੀਜ਼ ਹੋਵੇ, ਵੱਡੀ ਹੋਵੇ ਤੇ ਬੰਦੇ ਨੂੰ ਹੰਕਾਰ ਨਾ ਆਵੇ, ਹੋਈ ਨਹੀਂ ਸਕਦਾ। ਹੰਕਾਰ ਹੁੰਦਾ ਕਿ ਇਸ ਹੰਕਾਰ ਦੇ ਅੰਦਰ ਬੰਦਾ ਜੀਵਨ ਬਸਰ ਕਰਦਾ, ਬੰਦੇ ਦੇ ਮਨ ਅੰਦਰ ਫਿਤਰਤ ਹੁੰਦੀ ਹੈ, ਸੁਭਾਅ ਹੁੰਦਾ। ਇਹ ਮਨ ਦੀ ਖੇਡ ਦੱਸ ਰਿਹਾ ਮੈਂ ਤੁਹਾਨੂੰ, ਮਨ ਦਾ ਸੁਭਾਅ ਹੈ। ਮਨ ਨੂੰ ਕਿ ਬੰਦਾ ਚਾਹੁੰਦਾ ਹੈ ਕਿ ਮੇਰਾ ਘਰ ਵੱਡਾ ਹੋਵੇ, ਪਹਿਲਾਂ ਮਨ ਇਸ ਨੂੰ ਸੁਪਨੇ ਵਿਖਾਏਗਾ।
ਕਿ ਇਦਾਂ ਦਾ ਘਰ ਹੋਵੇ, ਉੱਠਦਿਆਂ ਬਹਿੰਦਿਆਂ ਉਹ ਚੀਜ਼ਾਂ ਇਹਦੇ ਆਲੇ ਦੁਆਲੇ ਘੁੰਮਣਗੀਆਂ, ਇਹਦੀਆਂ ਅੱਖਾਂ ਦੇ ਸਾਹਮਣੇ ਘੁੰਮਣਗੀਆਂ। ਜਿਵੇਂ ਜਿਵੇਂ ਉਸ ਚੀਜ਼ ਮੁਕਾਮ ਦੇ ਕੋਲ ਪਹੁੰਚਦੇ ਜਾਵਾਂਗੇ, ਉਹ ਅੰਦਰ ਦੀ ਤੜਫ ਹੋਰ ਤੇਜ਼ ਹੁੰਦੀ ਜਾਵੇਗੀ। ਬੰਦਾ ਸਾਰੀ ਦੁਨੀਆਂ ਨੂੰ ਭੁੱਲ ਕੇ ਉਸ ਨਿੱਕੇ ਜਿਹੇ ਘਰ ਦੇ ਵਿੱਚ ਆਪਣੀ ਸੁਰਤ ਟਿਕਾ ਕੇ ਬਹਿ ਜਾਂਦਾ। ਚਲੋ ਜੀ, ਘਰ ਬਣ ਗਿਆ, 2-3 ਮਹੀਨੇ ਬਾਅਦ ਸਭ ਚਾਹ ਲੱਥ ਗਏ ਨੇ, ਸਭ ਚਾਹ ਖਤਮ ਹੋ ਗਏ ਨੇ, ਤੇ ਬੰਦਾ ਕਰਜ਼ਾਈ ਹੋਈ ਬੈਠਾ ਹੈ। ਐਡਾ ਮਹਿਲ ਪਾ ਲਿਆ ਹੈ, ਕਰਜ਼ਾ ਚੁੱਕ ਕੇ ਮਹਿਲ ਪਾਇਆ ਹੈ, ਹੁਣ ਵਿਚਾਰਾ ਕਿਸ਼ਤਾਂ ਲਾਉਂਦਾ ਹੈ। ਸਾਰਾ ਆਨੰਦ ਕਿਰਕਿਰਾ ਹੋਇਆ ਪਿਆ, ਪਤਾ ਹੀ ਨਹੀਂ ਹੁਣ ਉਸ ਘਰ ਨੂੰ ਵੇਖਦਾ ਆਨੰਦ ਹੀ ਨਹੀਂ ਆਉਂਦਾ। ਉਹੀ ਘਰ ਹੈ ਜਿਸ ਘਰ ਦੇ ਪਹਿਲਾਂ ਸੁਪਨੇ ਵੇਖਦਾ ਸੀ, ਪਰ ਹੁਣ ਕੁਝ ਅੰਦਰ ਰਿਹਾ ਹੀ ਨਹੀਂ ਆਨੰਦ ਵਰਗਾ। ਇਹ ਮਨ ਦਾ ਸੁਭਾਗ ਹੈ। ਗੁਰੂ ਸਾਹਿਬ ਕਹਿੰਦੇ ਨੇ ਸਹਿਸ ਖੱਟੇ ਲੱਖ ਕੋ ਉੱਠਤਾ ਆਵੇ। ਇਹ ਜਦੋਂ ਦੇਖਦਾ ਨਾ ਇਹ ਮੁਕਾਮ ਪੂਰਾ ਹੋ ਗਿਆ, ਇਹ ਟਾਰਗੇਟ ਪੂਰਾ ਹੋ ਗਿਆ, ਇਹਨੇ ਇਹ ਨਹੀਂ ਕਹਿਣਾ ਕਿ ਠੀਕ ਹੈ, ਫਿਰ ਇਸ ਮਨ ਨੇ ਕਹਿਣਾ ਅਗਲਾ ਟਾਰਗੇਟ ਕਰੋ, ਹੁਣ ਅੱਗੇ ਦੀ ਦੌੜ ਕਰੋ। ਫਿਰ ਬੰਦਾ ਅੱਗੇ ਦੀ ਦੌੜ ਕਰਦਾ ਕਿ ਸਾਰੀ ਜ਼ਿੰਦਗੀ ਦੌੜਦਿਆਂ ਹੀ ਖਤਮ ਹੋ ਜਾਂਦੀ ਹੈ, ਪੱਲੇ ਕੱਖ ਨਹੀਂ ਪੈਂਦਾ। ਟਾਲਸਟਾਏ ਨੇ ਇੱਕ ਬਹੁਤ ਪਿਆਰੀ ਸਾਖੀ ਬਿਆਨ ਕੀਤੀ, ਕਹਾਣੀ ਬੜੀ ਵਧੀਆ ਹੈ। ਇੱਕ ਨਾ ਸਾਧੂ ਜਿਹੜਾ ਨਾ ਸਾਧੂ, ਉਹ ਕਿਸੇ ਦੇ ਘਰ ਅੰਦਰ ਗਿਆ। ਸਾਧੂ ਵਿਚਾਰਾ ਅੱਗੇ ਜਾਣਾ ਸੀ ਤੇ ਉਹਨਾਂ ਕਿਸੇ ਦੇ ਘਰ ਗਿਆ, ਤੇ ਘਰ ਸੀ ਜ਼ਿਮੀਂਦਾਰਾਂ ਦਾ, ਤੇ ਜ਼ਿਮੀਂਦਾਰਾਂ ਦੇ ਘਰ ਗਿਆ ਤੇ ਉਹਨੇ ਜ਼ਿਮੀਂਦਾਰਾਂ ਨੇ ਪ੍ਰਸ਼ਾਦਾ ਪਾਣੀ ਛਕਾਇਆ, ਤੇ ਸਾਧੂ ਨੇ ਪੁੱਛਿਆ ਕਿ ਜੀ ਤੁਸੀਂ ਇੱਥੇ ਕਿਵੇਂ ਗੁਜ਼ਾਰਾ ਕਰਦੇ ਹੋ? ਉਹ ਕਹਿੰਦਾ ਜੀ 5 ਕਿੱਲੇ ਹੈਨ ਤੇ ਵਧੀਆ ਗੁਜ਼ਾਰਾ ਹੋਈ ਜਾਂਦਾ ਹੈ। ਉਹ ਕਹਿੰਦੇ ਜੀ 5 ਕਿੱਲੇ, ਕੀ ਤੁਹਾਨੂੰ ਪਤਾ ਨਹੀਂ, ਕੀ ਤੁਹਾਨੂੰ ਇਸ ਗੱਲ ਦੀ ਨੌਲੇਜ ਨਹੀਂ, ਗਿਆਨ ਨਹੀਂ ਕਿ ਜਿਹੜਾ ਸਾਡਾ ਰਾਜਾ ਹੈ ਰਿਆਸਤ ਦਾ ਬੜਾ ਦਿਆਲੂ ਹੈ। ਮੈਂ ਸੁਣਿਆ ਹੈ ਕਿ ਜੋ ਵੀ ਕੋਈ ਉਹਦੇ ਤੋਂ ਮੰਗਦਾ ਹੈ ਉਹਦੀ ਝੋਲੀ ਦੇ ਵਿੱਚ ਉਹ ਪਾ ਦਿੰਦੇ ਨੇ। ਓਕੇ ਜੀ, ਤੁਸੀਂ ਸੁਬਹ ਹੀ ਜਾਇਓ ਤੇ ਸਵੇਰੇ ਹੀ ਜਾ ਕੇ ਰਾਜੇ ਨੂੰ ਬੇਨਤੀ ਕਰ ਦਿਓ। ਬਸ ਇੱਕ ਲੋਭ ਦਾ ਬੀਜ ਬੀਜਣਾ ਸੀ, ਉਹ ਬੀਜਿਆ ਗਿਆ। ਜਦੋਂ ਸਾਧੂ ਨੇ ਆਖਿਆ ਨਾ ਕਿ ਰਾਜਾ ਤੁਹਾਡੀ ਬੇਨਤੀ ਨੂੰ ਠੁਕਰਾਵੇਗਾ ਨਹੀਂ, ਤੇ ਜਿਹੜਾ ਜ਼ਿਮੀਂਦਾਰ ਸੀ ਸਾਰੀ ਰਾਤ ਸੁਪਨੇ ਲੈ ਗਿਆ ਕਿ ਜੀ ਮੇਰੇ 10 ਤੋਂ ਵਾਹਿਗੁਰੂ ਜੀ 5 ਤੋਂ 25 ਕਿੱਲੇ ਬਣ ਜਾਣਗੇ, ਮੈਂ ਉਹਨਾਂ 25 ਕਿੱਲਿਆਂ ਦੇ ਵਿੱਚ ਫਸਲ ਬੋਵਾਂਗਾ, ਉਸ ਫਸਲ ਨੂੰ ਵੱਢਾਂਗਾ, ਬਹੁਤ ਸਾਰੇ ਪੈਸੇ ਮੇਰੇ ਕੋਲ ਆਉਣਗੇ। ਇਦਾਂ ਦੀ ਵਿਚਾਰ ਉਹਦੇ ਮਨ ਅੰਦਰ ਫੁਰਨ ਲੱਗੀ। ਤੇ ਜਦੋਂ ਬੰਦਾ ਬੜਾ ਸੁਖੀ ਹੋਵੇ ਉਦੋਂ ਵੀ ਨੀਂਦ ਨਹੀਂ ਆਉਂਦੀ, ਜਦੋਂ ਬੜਾ ਜ਼ਿਆਦਾ ਦੁਖੀ ਹੋਵੇ ਉਦੋਂ ਵੀ ਨੀਂਦ ਨਹੀਂ ਆਉਂਦੀ। ਹੁਣ ਰਾਜਾ ਵਾਹਿਗੁਰੂ ਜੀ ਉਹ ਜ਼ਿਮੀਂਦਾਰ ਰਾਤ ਸੁੱਤੇ ਹੀ ਕੋਈ ਨਹੀਂ, ਸਾਧੂ ਆਪਣੇ ਡੇਰੇ ਚਲਾ ਗਿਆ, ਤੇ ਇਹ ਵਿਚਾਰਾ ਕੁਝ ਭੇਟ ਲੈ ਕੇ ਨਾ ਰਾਜੇ ਦੇ ਦਰਬਾਰ ਦੇ ਵਿੱਚ ਚਲਾ ਗਿਆ, ਤੇ ਰਾਜੇ ਨੂੰ ਜਾ ਕੇ ਕਹਿਣ ਲੱਗਾ, ਰਾਜਨ ਮੈਂ ਇੱਕ ਬਹੁਤ ਛੋਟਾ ਜਿਹਾ ਕਿਸਾਨ ਹਾਂ, ਮੇਰੀ 5 ਕਿੱਲੇ ਜ਼ਮੀਨ ਹੈ, ਮੇਰੇ ਘਰ ਅੰਦਰ ਪਰਿਵਾਰ ਵੱਡਾ ਹੈ, ਤੇ ਤੂੰ ਬੜਾ ਬੇਅੰਤ ਦਿਆਲੂ ਹੈ, ਮੈਂ ਕਿਰਪਾ ਕਰ ਮੇਰੇ ਉੱਤੇ ਤੇ ਮੈਨੂੰ ਥੋੜੀ ਜਿਹੀ ਜ਼ਮੀਨ ਦੇ ਦੇ। ਰਾਜੇ ਨੇ ਆਖਿਆ ਜ਼ਮੀਨ ਤੇ ਮੈਂ ਤੈਨੂੰ ਜ਼ਰੂਰ ਦਿਆਂਗਾ, ਅੱਜ ਨਹੀਂ ਤੂੰ ਕੱਲ ਆਈ, ਹਾਂ ਜਿੰਨੀ ਜ਼ਮੀਨ ਮੰਗੇਗਾ ਉਤਨੀ ਦਿਆਂਗਾ। ਇੱਕ ਲੋਭ ਦਾ ਬੀਜ ਸਾਧੂ ਨੇ ਬੀਜ ਦਿੱਤਾ, ਇੱਕ ਲੋਭ ਦਾ ਬੀਜ ਰਾਜੇ ਨੇ ਬੀਜ ਦਿੱਤਾ ਕਿ ਜਿੰਨੀ ਕਹੇਗਾ ਉਨੀ ਮਿਲ ਜਾਵੇ।
ਦੂਜੇ ਦਿਨ ਵੀ ਉਸ ਨੂੰ ਨੀਂਦ ਨਹੀਂ ਆਈ। ਦੋ ਦਿਨ ਦਾ ਨਿੰਦਰਾ ਹੈ ਜ਼ਿਮੀਦਾਰ। ਅੱਜ ਤੀਜੇ ਦਿਨ ਸਾਧ ਵਾਹਿਗੁਰੂ ਜੀ ਰਾਜਨ ਦੇ ਘਰ ਗਿਆ ਤੇ ਰਾਜਨ ਨੂੰ ਜਾ ਕੇ ਕਹਿਣ ਲੱਗਾ ਕਿ ਤੁਸੀਂ ਆਖਿਆ ਸੀ ਕਿ ਅੱਜ ਆ ਜਾਵੀਂ, ਮੈਂ ਆ ਗਿਆ, ਦੱਸੋ ਕਿੰਨੀ ਜ਼ਮੀਨ ਦਿਓਗੇ। ਉਹ ਕਹਿੰਦਾ ਮਿੱਤਰਾ ਗੱਲ ਇੱਦਾਂ ਹੈ, ਤੂੰ ਜਿੰਨਾ ਦੌੜ ਸਕਦਾ ਹੈ ਉਤਨੀ ਜ਼ਮੀਨ ਤੇਰੀ, ਪਰ ਯਾਦ ਰੱਖੀ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਤੂੰ ਵਾਪਸ ਘਰ ਅੰਦਰ ਆਉਣਾ ਹੈ, ਮੇਰੇ ਕੋਲ ਆਉਣਾ ਹੈ। ਜੇ ਮੇਰੇ ਕੋਲ ਆ ਗਿਆ ਤੇਰੀ ਬਾਦਸ਼ਾਹੀ ਕਾਇਮ ਹੈ ਇੱਥੇ, ਤੇ ਜੇ ਮੇਰੇ ਕੋਲ ਨਾ ਆਇਆ ਤੇ ਜਿਹੜਾ ਤੇਰੇ ਕੋਲ ਹੈ ਮੈਂ ਉਹ ਵੀ ਖੋ ਲਵਾਂਗਾ। ਇਹ ਕਹਿੰਦਾ ਜੀ ਮਨਜ਼ੂਰ ਹੈ। ਉਹ ਕਹਿੰਦਾ ਜੇ ਮਨਜ਼ੂਰ ਹੈ ਤੇ ਭੱਜ ਫਿਰ। ਇਹ ਬੰਦਾ ਭੱਜਿਆ, ਜ਼ਿਮੀਦਾਰ ਐਸਾ ਭੱਜਿਆ, ਐਸਾ ਭੱਜਿਆ, ਸਾਉ ਸਾਈ ਬੁਰੀ ਹਾਲ, ਭੱਜੀ ਜਾਵੇ ਭੱਜੀ ਜਾਵੇ, ਮਨ ਕਿਹੜਾ ਟੇਕਦਾ ਹੈ। ਮਨ ਕਹਿੰਦਾ ਦੋ ਹੋਏ ਨੇ, ਚਾਰ ਹੋ ਜਾਣ, ਚਾਰ ਹੋਏ ਨੇ, ਅੱਠ ਹੋ ਜਾਣ, ਅੱਠ ਹੋਏ ਨੇ, ਸੋਲਾਂ ਹੋ ਜਾਣ, ਸੋਲਾਂ ਤੋਂ ਬੱਤੀ ਹੋ ਜਾਣ, ਬੱਤੀ ਤੋਂ 64 ਹੋ ਜਾਣ। ਭੱਜਦਾ ਭੱਜਦਾ ਇੱਕੋ ਦਮ ਖਿਆਲ ਆਇਆ, ਜੇ ਵਾਪਸ ਨਹੀਂ ਮੁੜਿਆ ਤੇ ਇਹ ਸਾਰਾ ਭੱਜਿਆ ਬੇਅਰਥ ਚਲਾ ਜਾਵੇਗਾ। ਉਹਨੇ ਆਖਿਆ ਜੀ ਇਹਦੇ ਨਾਲੋਂ ਚੰਗਾ ਹੈ ਕਿ ਬਸ ਜਿਤਨਾ ਕੁ ਆ ਗਿਆ ਉਤਨਾ ਕੁ ਚੰਗਾ। ਉਹ ਵਾਪਸ ਮੁੜ ਆਇਆ। ਹੁਣ ਦੋ ਦਿਨ ਦਾ ਨਿੰਦਰਾ ਕਹਿ, ਦੋ ਦਿਨ ਦਾ ਖਾਧਾ ਕੁਝ ਨਹੀਂ, ਹੁਣ ਭੱਜਦਾ ਕਹਿ, ਭੱਜਿਆ ਕੋਈ ਨਹੀਂ ਜਾਂਦਾ। ਸ਼ਾਮਾਂ ਪੈਣ ਲੱਗੀਆਂ ਨੇ, ਸੂਰਜ ਢਲਣ ਲੱਗਾ ਕਹਿ, ਬਾਦਸ਼ਾਹ ਉਹਦੇ ਸਾਹਮਣੇ ਖਲੋਤਾ ਕਹਿ, ਇਹਨੇ ਪੂਰਾ ਯਤਨ ਕੀਤਾ ਕਿ ਸੂਰਜ ਡੁੱਬਣ ਤੋਂ ਪਹਿਲਾਂ ਪਹਿਲਾਂ ਮੈਂ ਬਾਦਸ਼ਾਹ ਨੂੰ ਹੱਥ ਲਾ ਦੇਵਾਂ, ਪਰ ਰਸਤੇ ਦੇ ਅੰਦਰ ਹੀ ਇਹਦੇ ਪ੍ਰਾਣ ਨਿਕਲ ਗਏ, ਰਸਤੇ ਦੇ ਅੰਦਰ ਹੀ ਇਹਦੀ ਮੌਤ ਹੋ ਗਈ। ਸਾਹਿਬ ਕਹਿੰਦੇ ਨੇ ਮਨ ਕੀ ਮਨ ਹੀ ਮਾਹੇ ਰਗੀ, ਨਾ ਹਰ ਭਜੇ ਨਾ ਤੀਰਥ ਸੇਵੈ ਚੋਟੀ ਕਾਲ ਗਗੀ। ਇਹ ਟਾਲਸਟਾਏ ਆਖਦਾ ਹੈ ਕਿ ਇਹ ਮਨੁੱਖ ਦੀ ਬਿਰਤੀ ਕਹਿ, ਇਹ ਮਨੁੱਖ ਦੇ ਅੰਦਰ ਦੀ ਬਿਰਤੀ ਕਹਿ, ਜੋ ਸਾਰੀ ਜ਼ਿੰਦਗੀ ਦੌੜਦੀ ਕਹਿ, ਜੋ ਸਾਰੀ ਜ਼ਿੰਦਗੀ ਇਕੱਠੀਆਂ ਕਰਦੀ ਹੈ, ਲੋਭ ਦਾ ਐਸਾ, ਲਾਲਚ ਦਾ ਐਸਾ ਅੰਦਰ ਮਨ ਨੂੰ ਕੁੱਕਰ ਬੈਠਾ ਗਿਆ, ਜਿਹੜਾ ਰੁਕਣ ਦਾ ਨਾਮ ਹੀ ਨਹੀਂ ਲੈਂਦਾ। ਪਰਮਾਤਮਾ ਕਹਿੰਦਾ ਸਭ ਕੁਝ ਤੇਰਾ ਹੋ ਜਾਵੇਗਾ ਜੇ ਤੂੰ ਵਕਤ ਸਿਰ ਮੇਰੇ ਘਰ ਆ ਜਾਵੇਂਗਾ। ਪਰ ਅਫਸੋਸ, ਬਹੁਤਾਤ ਦੇ ਅੰਦਰ ਮਨੁੱਖ ਪਰਮਾਤਮਾ ਦੇ ਘਰ ਤੋਂ ਆ ਤੇ ਜਾਂਦੇ ਨੇ, ਪਰ ਪਰਮਾਤਮਾ ਦੇ ਘਰ ਵੱਲ ਮੁੜ ਨਹੀਂ ਪਾਉਂਦੇ। ਇਹ ਸਾਡਾ ਸਭਨਾਂ ਦਾ ਦੁਖਾਂਤ ਹੈ। ਇਹ ਨਹੀਂ ਕਿ ਮੈਂ ਤੁਹਾਡੇ ਤੋਂ ਅਲੱਗ ਹਾਂ, ਨਹੀਂ ਮਹਾਰਾਜ, ਮਿੱਟੀ ਤੇ ਉਸੇ ਤੋਂ ਹੀ ਪੈਦਾ ਕੀਤਾ ਹੈ ਨਾ, ਜਿਸ ਮਿੱਟੀ ਤੋਂ ਤੁਹਾਨੂੰ ਪੈਦਾ ਕੀਤਾ ਹੈ। ਕੁਮਾਰੇ ਏਕ ਜੋ ਮਿੱਟੀ, ਵਾਹਿਗੁਰੂ ਜੀ ਬਾਣੀ ਲਾਈ, ਜੋ ਕੁਮਿਆਰ ਨੇ ਭਾਂਡੇ ਸਾਜੇ ਨੇ ਉਹ ਇੱਕੋ ਹੀ ਮਿੱਟੀ ਤੋਂ ਬਣਾਏ ਨੇ। ਉਹ ਮਿੱਟੀ ਕਿਹੜੀ ਹੈ? ਉਹ ਮਿੱਟੀ ਹੈ ਮਾਇਆ ਦੀ। ਮਾਇਆ ਦੇ ਅਰਥ ਨੇ ਛਲ, ਭੁਲੇਖਾ। ਹਰ ਬੰਦਾ ਭੁਲੇਖੇ ਦੇ ਅੰਦਰ ਕਹਿ, ਹਰ ਬੰਦੇ ਦੇ ਅੰਦਰ ਭੁਲੇਖਾ ਕਹਿ। ਅਸੀਂ ਪਰਮਾਤਮਾ ਦੇ ਘਰ ਤੋਂ ਆ ਤੇ ਜਾਂਦੇ ਹਾਂ, ਪਰ ਵਾਪਸ ਪਰਮਾਤਮਾ ਦੇ ਘਰ ਅੰਦਰ ਪਹੁੰਚ ਨਹੀਂ ਸਕਦੇ। ਕਿਉਂ? ਕਿਉਂਕਿ ਮਨ ਦੀਆਂ ਬਿਰਤੀਆਂ ਜਿਹੜੀਆਂ ਨੇ ਸਾਨੂੰ ਪਰਮਾਤਮਾ ਤੋਂ ਮਿਲਾਪ ਦੇ ਲਈ ਰੋਕ ਲੈਂਦੀਆਂ। ਬਾਬਾ ਫਰੀਦ ਸਾਹਿਬ ਆਖਦੇ ਨੇ ਕਿ ਆਹ ਜਿਹੜਾ ਸਰੀਰ ਸਾਨੂੰ ਪ੍ਰਾਪਤ ਹੋਇਆ ਨਾ ਪਰਮਾਤਮਾ ਨੂੰ ਮਿਲਾਪ ਦੇ ਲਈ, ਇਹ ਸਰੀਰ ਪ੍ਰਾਪਤ ਹੋਇਆ, ਆਜ ਮਿਲਾਵਾ ਸ਼ੇਖ ਫਰੀਦ। ਕਹਿੰਦੇ ਨੇ ਅੱਜ ਮਿਲਾਪ ਦੀਆਂ ਘੜੀਆਂ ਨੇ, ਅੱਜ ਅਸੀਂ ਪਰਮਾਤਮਾ ਨੂੰ ਮਿਲ ਸਕਦੇ ਹਾਂ, ਪਰ ਮੁਸ਼ਕਲ ਕੀ ਹੈ?
ਅੱਗੇ ਮੁਸ਼ਕਲ ਪ੍ਰਗਟ ਕਰਕੇ ਦੱਸੀ, ਕਹਿੰਦੇ ਨੇ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ। ਆ ਜਿਹੜੇ ਮਨ ਨੂੰ ਮਚਾਉਣ ਵਾਲੇ ਵਿਕਾਰ ਨੇ ਨਾ, ਵਿਕਾਰ ਇਹ ਵਿਕਾਰ ਹੀ ਸਾਨੂੰ ਪਰਮਾਤਮਾ ਦੇ ਨਾਲ ਜੋੜਨ ਨਹੀਂ ਦਿੰਦੇ। ਅਸੀਂ ਮਨ ਦੇ ਪਿੱਛੇ ਤੁਰ ਕੇ ਅਸੀਂ ਪਰਮਾਤਮਾ ਤੋਂ ਬੇਮੁਖ ਹੋ ਜਾਂਦੇ ਹਾਂ। ਤੇ ਮਹਾਰਾਜ ਕਹਿੰਦੇ ਨੇ ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੈ ਚੋਟੀ ਕਾਲ ਗਗੀ। ਚੋਟੀ ਦੇ ਅਰਥ ਨੇ ਕਿ ਮੌਤ ਨੇ ਪੱਕਾ ਇੰਤਜ਼ਾਮਾਤ ਕੀਤਾ, ਜਦੋਂ ਮੌਤ ਆਉਂਦੀ ਗਏ ਉਦੋਂ ਖਾਲੀ ਹੱਥ ਨਹੀਂ ਆਉਂਦੀ। ਮਹਾਰਾਜ ਕਹਿੰਦੇ ਨੇ ਉਹਨੇ ਤਗੜੇ ਪਾਏ ਹੱਥ ਤੇ ਸਾਰੀ ਜ਼ਿੰਦਗੀ ਬੰਦਾ ਭੁਲੇਖੇ ਦੇ ਵਿੱਚ ਹੀ ਪਿਆ ਰਹਿੰਦਾ। ਪਰ ਕੁਝ ਬੰਦੇ ਨੇ ਜਿਵੇਂ ਇਸ ਧਰਤੀ ਦੇ ਉੱਤੇ ਬਹੁਤ ਦਰਿਆ ਵਗਦੇ ਨੇ, ਹਰ ਦਰਿਆ ਸਮੁੰਦਰ ਦੇ ਵਿੱਚ ਜਾ ਕੇ ਨਹੀਂ ਸਮਾਉਂਦਾ, ਕੋਈ ਵਿਰਲੇ ਦਰਿਆ ਨੇ ਜਿਹੜੇ ਨਿਕਲਦੇ ਤੇ ਪਰਬਤਾਂ ਦੇ ਵਿੱਚੋਂ ਨੇ, ਅਖੀਰ ਉਹ ਆਪਣੇ ਜੀਵਨ ਨੂੰ ਮੁਕੰਮਲ ਕਰਦੇ ਨੇ ਸਮੁੰਦਰ ਦੇ ਵਿੱਚ ਜਾ ਕੇ, ਉਹ ਸਮੁੰਦਰ ਦੇ ਵਿੱਚ ਅਭੇਦ ਹੋ ਜਾਂਦੇ ਨੇ। ਤੇ ਹਜ਼ੂਰ ਦੀ ਬਾਣੀ ਕਹਿੰਦੀ ਹੈ ਨ ਵਿਰਲੇ, ਇਹ ਨਹੀਂ ਕਿ ਸਾਰੇ ਰੱਬ ਦੇ ਨਾਲ ਉਹ ਟੁੱਟੇ ਹੋਏ ਨੇ, ਪਰਮਾਤਮਾ ਨੇ ਸਾਰੀ ਕੁਦਰਤ ਇੱਕੋ ਜੀ ਬਿਲਕੁਲ ਨਹੀਂ ਸਾਜੀ। ਰੰਗੀ ਰੰਗੀ ਭਾਂਤੀ ਕਰ ਜਿਨਸੀ ਮਾਇਆ ਜਿਨ ਉਹ ਪਾਈ, ਜਿਸ ਪਰਮਾਤਮਾ ਨੇ ਇਹ ਸੰਸਾਰ ਨੂੰ ਪੈਦਾ ਕੀਤਾ ਗਿਆ, ਉਸ ਵਾਹਿਗੁਰੂ ਨੇ ਪਰਮਾਤਮਾ ਨੇ ਅਨੇਕਾਂ ਪ੍ਰਕਾਰ ਦੀ ਮਾਇਆ ਦੇ ਨਾਲ ਇਹ ਸੰਸਾਰ ਨੂੰ ਰੰਗ ਬਿਰੰਗਾ ਬਣਾ ਦਿੱਤਾ। ਇਸੇ ਕਰਕੇ ਤੇ ਆ ਸੰਸਾਰ ਬੰਦੇ ਦੇ ਉੱਤੇ ਆਪਣਾ ਪ੍ਰਭਾਵ ਪਾਉਂਦਾ, ਨਿਰੰਕਾਰ ਦਾ ਪ੍ਰਭਾਵ ਕਿਉਂ ਨਹੀਂ ਪੈਂਦਾ? ਧਿਆਨ ਨਾਲ ਸੁਣਿਓ, ਨਿਰੰਕਾਰ ਸਭ ਤੋਂ ਵੱਡੀ ਹਸਤੀ ਹੈ, ਨਿਰੰਕਾਰ ਦਾ ਪ੍ਰਭਾਵ ਕਿਉਂ ਨਹੀਂ ਪੈਂਦਾ? ਕਿਉਂਕਿ ਜਿਹੜੀ ਚੀਜ਼ ਦਿਖਦੀ ਨਹੀਂ ਮਨ ਉਹਦਾ ਪ੍ਰਭਾਵ ਕਦੀ ਕਬੂਲ ਨਹੀਂ ਕਰਦਾ, ਜਿਹੜੀ ਚੀਜ਼ ਸਭ ਤੋਂ ਵੱਧ ਵੇਖਦੀ ਹੈ ਸਭ ਤੋਂ ਵੱਧ ਪ੍ਰਭਾਵ ਮਨੁੱਖ ਦੇ ਅੰਦਰ ਉਹ ਪਾਉਂਦੀ ਹੈ। ਮਾਇਆ ਸਭ ਤੋਂ ਵੱਧ ਹੈ, ਇਸੇ ਕਰਕੇ ਸਭ ਤੋਂ ਵੱਧ ਪ੍ਰਭਾਵ ਮਨੁੱਖ ਦੇ ਮਨ ਦੇ ਉੱਤੇ ਜੇ ਕਿਸੇ ਦਾ ਪੈਂਦਾ ਹੈ ਤੇ ਉਹ ਮਾਇਆ ਦਾ ਪੈਂਦਾ ਹੈ, ਮਾਇਆ ਦਾ ਪੈਂਦਾ ਹੈ, ਸਰੀਰ ਦਾ ਪੈਂਦਾ ਹੈ, ਪਰਿਵਾਰ ਦਾ ਪੈਂਦਾ ਹੈ, ਬੱਚੀਆਂ ਦਾ ਪੈਂਦਾ ਹੈ, ਘਰ ਦਾ ਪੈਂਦਾ ਹੈ। ਇਹ ਸਾਰੀਆਂ ਚੀਜ਼ਾਂ ਇਹਦੇ ਮਨ ਨੂੰ ਪ੍ਰਭਾਵਿਤ ਕਰਦੀਆਂ ਨੇ, ਕਿਉਂਕਿ ਸਾਰੀਆਂ ਚੀਜ਼ਾਂ ਵੇਖ ਰਹੀਆਂ ਨੇ, ਨਿਰੰਕਾਰ ਵੇਖਦਾ ਨਹੀਂ। ਇਸੇ ਕਰਕੇ ਕਿਸੇ ਮਨੁੱਖ ਦੇ ਜੀਵਨ ਦੇ ਉੱਤੇ ਪਰਮਾਤਮਾ ਦਾ ਪ੍ਰਭਾਵ ਨਹੀਂ ਪੈਂਦਾ। ਉਹ ਇਹਨਾਂ ਜਿਹੜੇ ਦ੍ਰਿਸ਼ਟੀ ਗੋਚਰ ਨੇ ਨਾ, ਦੇਖਣ ਵਾਲੇ ਨੇਤਰ ਨੇ, ਇਹਨਾਂ ਨੇਤਰਾਂ ਤੋਂ ਪਰਮਾਤਮਾ ਪਰੇ, ਪਰ ਕੋਈ ਵਿਰਲਾ, ਕਿਉਂਕਿ ਸੰਸਾਰ ਇੱਕੋ ਜਾਨੀ ਹੈ। ਇੱਥੇ ਸਾਰੇ ਮਾੜੇ ਵੀ ਨਹੀਂ ਹਨ, ਪਰ ਇੱਥੇ ਸਾਰੇ ਚੰਗੇ ਵੀ ਨਹੀਂ ਹਨ, ਇੱਥੇ ਸਾਰੇ ਸੰਤ ਵੀ ਨਹੀਂ ਹਨ, ਇੱਥੇ ਸਾਰੇ ਭਗਤ ਵੀ ਨਹੀਂ ਹਨ, ਇੱਥੇ ਸਾਰੇ ਚੋਰ ਵੀ ਨਹੀਂ ਹਨ, ਇੱਥੇ ਸਾਰੇ ਸਾਧ ਵੀ ਨਹੀਂ ਹਨ। ਉਹਦੀ ਸ੍ਰਿਸ਼ਟੀ ਐਸੀ ਬਣਾਈ ਕੋਈ ਗਏ, ਉਸ ਸ੍ਰਿਸ਼ਟੀ ਦੇ ਅੰਦਰ ਹਰ ਤਰ੍ਹਾਂ ਦੇ ਲੋਕ ਨੇ। ਤੇ ਗੁਰਦੇਵ ਮਹਾਰਾਜ ਕਹਿੰਦੇ ਨੇ ਜਿਸ ਨੂੰ ਬਖਸ਼ ਲਹੇ ਮੇਰੇ ਪਿਆਰੇ ਸੋ ਜਸ ਤੇਰਾ ਗਾਵੇ, ਜਿਹਨੂੰ ਤੂੰ ਬਖਸ਼ ਲੈਣਾ ਹੈ ਨਾ ਮੇਰੇ ਦਾਤਿਆ, ਉਹ ਜਸ ਤੇਰਾ ਗਾਉਂਦਾ, ਉਹ ਵਡਿਆਈ ਤੇਰੀ ਗਾਉਂਦਾ। ਅੱਜ ਜੀ ਭਾਈ ਰੂਪਾ ਜੀ ਦਾ ਜਨਮ ਦਿਹਾੜਾ, ਭਾਈ ਰੂਪਾ ਜੀ ਸਾਹਿਬ ਸੱਚੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ
ਡਰੋਲੀ ਵਿਖੇ ਸੁਭਾਈ ਮਾਨ ਨੇ ਤੇ ਜਦੋਂ ਹਜ਼ੂਰ ਡਰੋਲੀ ਵਿਖੇ ਸੁਭਾਈ ਮਾਨ ਨੇ ਉਸ ਥਾਂ ਦੇ ਉੱਤੇ ਇੱਕ ਘਟਨਾ ਘਟੀ ਗਈ। ਉਹ ਘਟਨਾ ਕੀ ਘਟੀ ਕਿ ਤੁਰਕਾਣੀ ਨਾਮ ਦਾ ਪਿੰਡ ਹੈ, ਉਸ ਪਿੰਡ ਦੇ ਅੰਦਰ ਸਖੀ ਸਰਵੜੀਆਂ ਦਾ ਬੜਾ ਪ੍ਰਭਾਵ ਹੈ ਤੇ ਗੁਰਸਿੱਖਾਂ ਦੀ ਬੱਚੀ ਜਿਹੜੀ ਹੈ ਉਹ ਸਖੀ ਸਰਵੜੀਆਂ ਦੇ ਘਰ ਵਿਆਹੀ ਗਈ। ਜਦੋਂ ਜੰਜ ਬੂਹੇ ਦੇ ਉੱਤੇ ਆਣ ਕੇ ਢੁੱਗੀ ਨਾ ਤੇ ਉਹਨਾਂ ਨੇ ਜਿਹੜੇ ਆਪਣੇ ਕਾਰਜ ਵਿਹਾਰ ਕੀਤੇ ਉੱਥੋਂ ਪਤਾ ਲੱਗ ਗਿਆ ਇਹ ਗੁਰਸਿੱਖ ਨਹੀਂ ਗਾ, ਕਿਉਂਕਿ ਗੁਰਸਿੱਖਾਂ ਦੀ ਆਪਣੀ ਇੱਕ ਮਰਿਆਦਾ ਹੈ। ਜਦੋਂ ਉਹਨਾਂ ਨੇ ਦੇਖਿਆ ਕਿ ਇਹਨਾਂ ਦੇ ਕਾਰ ਵਿਹਾਰ ਵੇਖੇ ਨੇ, ਉਹ ਰੀਤੀ ਰਿਵਾਜ ਵੇਖੇ ਨੇ, ਪਿਤਾ ਨੂੰ ਪਤਾ ਲੱਗ ਗਿਆ ਕਿ ਇਹ ਸਿੱਖ ਨਹੀਂ, ਇਹ ਤੇ ਸਰਵੜੀਏ ਨੂੰ ਪੂਜਣ ਵਾਲੇ ਨੇ, ਸਖੀ ਸਰਵੜੀਏ ਦੇ ਪੁਜਾਰੀ ਨੇ। ਉਹਨਾਂ ਨੇ ਆਪਣੀ ਧੀ ਨੂੰ ਆਖਿਆ, ਕਹਿਣ ਲੱਗੇ ਧੀਏ ਬਹੁਤ ਵੱਡੀ ਮੇਰੇ ਤੋਂ ਗਲਤੀ ਹੋ ਗਈ ਕਿ ਅਸੀਂ ਤੇਰੀ ਜਿਹੜੀ ਸ਼ਾਦੀ ਹੈ ਉਹ ਸਖੀ ਸਰਵੜੀਏ ਦੇ ਨਾਲ ਕਰ ਦਿੱਤੀ। ਹੁਣ ਗੁਰੂ ਦੇ ਅੱਗੇ ਅਰਦਾਸ ਕਰ ਮਹਾਰਾਜ, ਇਹਨਾਂ ਨੂੰ ਸਮਤ ਬਖਸ਼। ਹੁਣ ਉਹ ਬੱਚੀ ਜਦੋਂ ਉਸਨੂੰ ਪਤਾ ਚੱਲਿਆ ਨਾ ਕਿ ਮੈਂ ਸਖੀ ਸਰਵੜੀਆਂ ਦੇ ਘਰ ਵੀ ਆਈ ਗਈ ਹਾਂ, ਅਸੀਂ ਤੇ ਗੁਰੂ ਘਰ ਨੂੰ ਮੰਨਣ ਵਾਲੇ, ਗੁਰੂ ਦੀ ਬਾਣੀ ਨੂੰ ਪੜ੍ਹਨ ਵਾਲੇ, ਗੁਰੂ ਘਰ ਅੰਦਰ ਸਿਜਦਾ ਕਰਨ ਵਾਲੇ, ਤੇ ਗੁਰੂ ਦੀ ਬਾਣੀ ਕਹਿੰਦੀ ਹੈ ਦੁਬਦਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ। ਕਦੀ ਵੀ ਮਸਾਣਾ ਦੇ ਵਿੱਚ ਜਾ ਕੇ ਮੱਥਾ ਨਹੀਂ ਟੇਕਣਾ, ਕਦੀ ਵੀ ਮੜੀਆਂ ਨੂੰ ਮੱਥਾ ਨਹੀਂ ਟੇਕਣਾ। ਸਾਹਿਬ ਜੀ ਨੇ ਇਨਕਾਰ ਕੀਤਾ ਗਿਆ, ਪਰ ਸਖੀ ਸਰਵੜੀਏ ਤੇ ਇਹ ਹੈ ਹੀ ਉਹਦੇ ਪੁਜਾਰੀ ਨੇ, ਮੜੀਆਂ ਦੇ ਪੁਜਾਰੀ। ਉਹ ਬੱਚੀ ਮਨ ਅੰਦਰ ਅਰਦਾਸ ਕਰ ਰਹੀ ਹੈ, ਕੁਹਾਰਾਂ ਨੇ ਡੋਲਾ ਚੱਕਿਆ ਹੈ ਉਹਦਾ, ਤੇ ਉਹ ਅੰਦਰੋਂ ਭਿੱਜ ਕੇ ਅਰਦਾਸ ਕਰਦੀ ਹੈ ਕਿ ਮਹਾਰਾਜ ਮੇਰੀ ਪੱਤ ਤੇਰੇ ਹੱਥ ਵਸ ਹੈ, ਅਸਾਂ ਜ਼ੋਰ ਨਾ ਕੀ, ਸਾਡੇ ਅੰਦਰ ਹੁਣ ਕੋਈ ਜ਼ੋਰ ਨਹੀਂ ਹੈ ਕਿ ਅਸੀਂ ਹੁਣ ਕੁਝ ਕਰ ਸਕੀਏ, ਹੁਣ ਤੇ ਤੇਰੇ ਉੱਤੇ ਹੀ ਸਭ ਗੱਲਾਂ ਨੇ, ਜਿਵੇਂ ਤੇਰੀ ਇੱਛਾ ਕਿ ਤੂੰ ਉਦਾਂ ਕਰ ਲੈ। ਜਦੋਂ ਅਰਦਾਸ ਕੀਤੀ ਇਹਦੇ ਕੰਨਾਂ ਦੇ ਵਿੱਚ ਬੋਲ ਪਏ ਕੀਰਤਨ ਦੇ, ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ। ਇਹਦੇ ਬੱਚੀ ਦੇ ਮਨ ਅੰਦਰ ਆਇਆ ਕਿ ਜੇ ਆਸਾ ਕੀ ਵਾਰ ਦਾ ਕੀਰਤਨ ਹੋ ਰਿਹਾ ਗਿਆ, ਇਹ ਕੀਰਤਨ ਤੇ ਗੁਰੂ ਦਾ ਕੀਰਤਨ ਹੈ। ਕਲਯੁਗ ਮੈਂ ਕੀਰਤਨ ਪ੍ਰਧਾਨਾ, ਉਹਨੇ ਕੁਹਾਰਾਂ ਨੂੰ ਆਖਿਆ ਕਿ ਡੋਲਾ ਉਧਰ ਲੈ ਚੱਲੋ ਜਿੱਧਰ ਇਹ ਆਵਾਜ਼ ਆ ਰਹੀ ਹੈ, ਤੇ ਕੁਹਾਰਾਂ ਨੇ ਡੋਲਾ ਚੱਕਿਆ ਤੇ ਉਸ ਥਾਂ ਦੇ ਉੱਤੇ ਲੈ ਗਏ ਜਿੱਥੋਂ ਇਹ ਆਸਾ ਕੀ ਵਾਰ ਦੀ ਪੜਨ ਦੀ ਆਵਾਜ਼ ਆ ਰਹੀ ਸੀ। ਡੋਲਾ ਥੱਲੇ ਰੱਖਿਆ ਗਿਆ ਤੇ ਉਹ ਬੱਚੀ ਵਿਚਾਰੀ ਡੋਲੇ ਦੇ ਵਿੱਚੋਂ ਬਾਹਰ ਨਿਕਲੀ, ਦੇਖਿਆ ਕਿ ਸਾਹਮਣੇ ਗੁਰੂ ਹਰਗੋਬਿੰਦ ਮਹਾਰਾਜ ਜੀ ਬੈਠੇ, ਸਾਹਿਬ ਦੇ ਚਰਨਾਂ ਦੇ ਵਿੱਚ ਝੁਕ ਗਈ ਤੇ ਅੱਖਾਂ ਦੇ ਵਿੱਚੋਂ ਜਲ ਪਿਆ ਵਹਿੰਦਾ ਗਿਆ। ਹਜ਼ੂਰ ਨੇ ਪੁੱਛਿਆ, ਧੀਏ ਵਿਆਹ ਕੇ ਚੱਲੀ ਹੈ, ਖੁਸ਼ੀ ਹੋਣੀ ਚਾਹੀਦੀ ਸੀ, ਅੱਖਾਂ ਦੇ ਵਿੱਚ ਹੰਝੂ ਕਿਉਂ? ਤੇ ਆਖਿਆ, ਮਹਾਰਾਜ ਮੈਂ
ਗੁਰਸਿੱਖਾਂ ਦੇ ਘਰ ਅੰਦਰ ਜਨਮ ਲਿਆ। ਬਾਣੀ ਪੜ੍ਹਨ ਵਾਲੀ, ਗੁਰੂ ਘਰ ਨੂੰ ਮੰਨਣ ਵਾਲੀ, ਪਰ ਅੱਜ ਮੇਰਾ ਜਿਹੜਾ ਵਿਆਹ ਗਿਆ ਉਹ ਵਿਆਹ ਸਖੀ ਸਰਵੜੀਆਂ ਦੇ ਘਰ ਹੋ ਗਿਆ। ਮਹਾਰਾਜ ਬਸ ਇਸ ਕਰਕੇ ਰੋਣਾ ਗਏ ਕਿ ਮਹਾਰਾਜ ਪਤਾ ਨਹੀਂ ਅੱਗੇ ਹੁਣ ਕਿੱਦਾਂ ਦੇ ਲੋਕ ਹੋਣਗੇ। ਮਹਾਰਾਜ ਮੇਰੀ ਪੱਤ ਰੱਖਣੀ, ਮੈਂ ਕਬਰਾਂ ਨੂੰ ਮੱਥਾ ਨਹੀਂ ਟੇਕਣਾ, ਮੈਂ ਉਹਨਾਂ ਦੇ ਅੱਗੇ ਸੀਸ ਨਹੀਂ ਚੁਕਾਉਣਾ। ਇਤਨੇ ਚਿਰ ਨੂੰ ਉਹਦਾ ਪਤੀ ਆ ਗਿਆ ਸਾਧੂ, ਸਾਧੂ ਆਇਆ ਤੇ ਧੰਨ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣੇ ਕੋਲ ਸੱਦਿਆ। ਸਾਹਿਬ ਸੱਚੇ ਸਤਿਗੁਰ ਜੀ ਨੇ ਉਹਨਾਂ ਨੂੰ ਸਮਝਾਇਆ ਤੇ ਜਦੋਂ ਸਮਝਾਇਆ ਨਾ ਕਿ ਮਨੁੱਖਾ ਜਨਮ ਬੜਾ ਅਮੋਲ ਹੈ, ਬੜਾ ਕੀਮਤੀ ਹੈ, ਇਹ ਮਨੁੱਖਾ ਜਨਮ ਸਾਨੂੰ ਇਸ ਕਰਕੇ ਪ੍ਰਾਪਤ ਹੋਇਆ ਹੈ ਕਿ ਅਸੀਂ ਪਰਮਾਤਮਾ ਦੀ ਪ੍ਰੇਮਾ ਭਗਤੀ ਦੇ ਵਿੱਚ ਲੀਨ ਹੋ ਜਾਈਏ। ਸਾਨੂੰ ਇਹ ਮਨੁੱਖਾ ਦੇਹੀ ਇਸ ਕਰਕੇ ਨਹੀਂ ਪ੍ਰਾਪਤ ਹੋਈ ਕਿ ਅਸੀਂ ਕਬਰਾਂ ਦੀਆਂ ਪੂਜਾ ਕਰੀ ਜਾਈਏ, ਮਰਿਆਂ ਦੀਆਂ ਪੂਜਾ ਕਰੀ ਜਾਈਏ। ਜੇ ਪੂਜਾ ਕਰਨੀ ਹੈ ਤੇ ਜਿਉਂਦਿਆਂ ਦੀ ਕਰੋ, ਮਰਿਆਂ ਦੀ ਕਿਉਂ ਕਰਦੇ ਹੋ? ਉਸ ਪਰਮਾਤਮਾ ਦੀ ਪੂਜਾ ਕਰੋ ਜੋ ਕਦੀ ਮਰਦਾ ਹੀ ਨਹੀਂ ਹੈ, ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੇ ਭੋਗ।